सारे दर्शकों का बहुत बहुत स्वागत है। दर्शकों, केंद्र सरकार वालों 3 कानून बनाए गए सन ते फिर केंद्र सरकार ने 19 तरीक नूं इन्हां कानूनां नूं वापस लै लिया है। इस बारे असीं चर्चा करांगे गुरजीत सिंह होरां दे नाल। तुहाडा बहुत बहुत स्वागत है जी। सत श्री अकाल जी, तुहाडे सारे स्रोतियां नूं साडे वल्लों जी। सब तो पहले ही जानना चाहवांगे कि तुसीं किहड़ा समागम उलीकिया हैगा है ते किस खुशी दे विच तुसीं इह कार्ज करन जा रहे हो? असीं किसानी संघर्ष अंदोलन जितण दी खुशी दे विच ते इलाके दी सुख शांति दे लई असीं श्री सुखमनी साहिब दा पाठ अते विशाल मां भगवती जागरण रखिया जी। जी, तुसीं किसानां दी जित नूं किवें वेखदे हो? देखो जी, असीं शुरू तो ही किसानां दे नाल सीगे, जदकि असीं किसान नहीं सीगे, पर सानूं पता सीगा भी जे किसानी नहीं रहूगी तां जिहड़ी असीं रोटी खाने असीं किवें खावांगे, ते घर दा राशन है जे हुण ओह महंगा होई जाऊगा। तुहानूं पता पहले ही सारे लोग बेरोजगार ने, नौकरियां तां पहले ही नहीं हैगियां। सो सानूं बड़ी खुशी हुई है कि जदों असीं अंदोलन जित के वापस आए हैं, अपने घरां नूं वापस आए हैं जी। तुसीं किसानी अंदोलन दे विच वी शिरकत कीती सी ते उत्थे तुहाडे बहुत सारे अनुभव रहे होणगे, किसे अनुभव दी सांझ साडे दर्शकां दे नाल जरूर पाओ। नहीं, जदों असीं उत्थे गए हैं तां सानूं ना बहुत लोकां ने कहा, कहिंदा कित्थे तुहाडा दिमाग खराब होया वा, जिहड़े कह लो वी मोदी भगत कह लो उहनां नूं, ते कहिंदे वी मोदी तां बड़ा ढीठ है, वी उहने मन्नणा नहीं हैगा। ते सानूं उस परमात्मा ते विश्वास सीगा कि जे उहने सानूं जिस रास्ते ते तोरिया सानू उत्थे जित तां हासिल होगी। जी, जदों ये पता लगा कि 19 तरीक नूं कि केंद्र सरकार वालों जिहड़े आ कानूनां नूं रद्द कर दिता गया है, तां पहला अहसास तुहाडा किहो जिहा सीगा? पहला तां अखां चों इक तां रोणा आ रहा सीगा भी है ना, भी इन्नी देर तों बैठे हैं, ते दुख इस गल दा होया भी जे ਇਹ ਗੱਲ ਉਹਨੇ ਮੰਨਣੀ ਹੋ ਸੀਗੀ ਤਾਂ ਉਹ ਪਹਿਲਾਂ ਹੀ ਮੰਨ ਲੈਂਦਾ ਨਾ। ਸਾਡੇ ਜਿਹੜੇ ਇੰਨੇ ਸ਼ਹੀਦ ਹੋਏ ਨੇ ਕਿਸਾਨ, ਸਾਡੇ ਵੀਰ ਵੀ ਹੋਏ ਨੇ, ਭੈਣਾਂ ਬਜ਼ੁਰਗ ਵੀ ਹੋਏ ਨੇ ਉਹਨਾਂ ਦੇ ਵਿੱਚ, ਅਤੇ ਸੜਕਾਂ 'ਤੇ ਜਿਹੜੇ ਬੈਠੇ ਰਹੇ ਸੀਗੇ, ਸਾਨੂੰ ਉਸ ਚੀਜ਼ ਦਾ ਬੜਾ ਦੁੱਖ ਸੀਗਾ, ਪਰ ਖੁਸ਼ੀ ਇਸ ਗੱਲ ਦੀ ਸੀਗੀ ਕਿ ਅੰਦੋਲਨ ਜਿੱਤ ਲਿਆ ਜੀ। ਤੁਹਾਨੂੰ ਕੀ ਲੱਗਦਾ ਹੈਗਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਜੇ ਕੋਈ ਕਾਨੂੰਨ ਬਣਾਏਗੀ ਹੈ ਨਾ, ਅਤੇ ਉਹ 100 ਵਾਰੀ ਸੋਚੇਗੀ ਕਿ ਨਹੀਂ? ਉਹ 100 ਵਾਰੀ ਉਹਨੂੰ ਸੋਚਣ 'ਤੇ ਹੁਣ ਮਜਬੂਰ ਕਰਤਾ ਸਾਡੇ ਪੰਜਾਬੀਆਂ ਨੇ। ਆਹ ਹੁਣ ਤੁਸੀਂ ਦੇਖਿਆ ਹੀ ਹੈ ਵੀ ਮੋਦੀ ਦਾ ਕਿੰਨਾ ਵਧੀਆ ਸਵਾਗਤ ਕਰ ਰਹੇ ਹਾਂ ਪੰਜਾਬ ਵਾਲੇ। ਸੋ ਕੁਰਸੀਆਂ ਵਾਲੀਆਂ ਵੀਡੀਓ ਵੀ ਦੇਖ ਲਈਆਂ ਹੋਣਗੀਆਂ ਕਿ ਬੰਦੇ ਘੱਟ ਜਾ ਰਹੇ ਹਨ, ਕੁਰਸੀਆਂ ਜ਼ਿਆਦਾ ਜਾ ਰਹੀਆਂ ਨੇ ਰੈਲੀਆਂ 'ਤੇ ਉਹਨਾਂ 'ਤੇ। ਸੋ ਪਰ ਫਿਰ ਵੀ ਮੇਰੀ ਬੇਨਤੀ ਉਹ ਹੈ ਪ੍ਰਾਈਮ ਮਿਨਿਸਟਰ ਨੇ ਸਾਡੇ ਦੇਸ਼ ਦੇ ਕਿ ਅਜਿਹਾ ਕੋਈ ਵੀ ਕਾਨੂੰਨ ਨਾ ਲਿਆਓ ਜਿਹਦੇ ਨਾਲ ਸਾਡੇ ਲੋਕ ਸੜਕਾਂ 'ਤੇ ਆਉਣ ਜਾਂ ਉਹਨਾਂ ਨੂੰ ਦੁੱਖ ਸਹਿਣਾ ਪਵੇ ਕੋਈ ਵੀ। ਜੀ, ਜਿਵੇਂ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਕੇਂਦਰ ਸਰਕਾਰ ਜਿਹੜਾ ਕੋਈ ਵੀ ਕਾਨੂੰਨ ਬਣਾਉਣ ਤੋਂ ਪਹਿਲਾਂ ਕਈ ਵਾਰੀ ਉਹਨੂੰ ਸੋਚਣਾ ਪਏਗਾ। ਤੁਸੀਂ ਜਿਵੇਂ ਗੱਲ ਕੀਤੀ ਹੈਗੀ ਹੈ ਕਿ ਪੀਐਮ ਮੋਦੀ ਦੀਆਂ ਜਿਹੜੀ ਰੈਲੀ ਸੀ ਉਹਦੀਆਂ ਕੁਰਸੀਆਂ ਖਾਲੀ ਸੀਗੀਆਂ, ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈਗਾ? ਨਹੀਂ ਦੇਖੋ ਵੀ ਗੱਲ ਇਹ ਹੈ ਵੀ ਇੱਕ ਵਾਰੀ ਉਹਨੂੰ ਸਬਕ ਦੇਣਾ ਤਾਂ ਜ਼ਰੂਰੀ ਤਾ ਜੀ, ਤਾਂ ਜੋ ਉਹਨੂੰ ਪਤਾ ਲੱਗੇ ਵੀ ਲੋਕ ਹਲੇ ਵੀ ਬਹੁਤ ਨਿਰਾਸ਼ ਨੇ, ਤਾਂ ਜੋ ਜੇ ਆਪਾਂ ਇੱਦਾਂ ਨਾ ਕਰਦੇ ਹੋ ਸਕਦਾ ਵੀ ਉਹਨੇ ਸੋਚਣਾ ਵੀ ਚਲੋ ਠੀਕ ਹੈ ਮੈਂ ਰੱਦ ਕਰਤੇ, ਹੋਰ ਉਹਨੇ ਪਤਾ ਨਹੀਂ ਕਿਹੜੇ ਕਾਨੂੰਨ 'ਤੇ ਜਿਹੜੇ ਮਾਰੇ ਪਾ ਥੋਪ ਦੇਣੇ ਤੇ। ਸੋ ਮੈਨੂੰ ਲੱਗਦਾ ਵੀ ਜੋ ਵੀ ਹੋਇਆ ਵਾ ਵਧੀਆ ਹੋਇਆ, ਕਿਉਂਕਿ ਆਪਾਂ ਤਾਂ ਪਰਮਾਤਮਾ 'ਤੇ ਛੱਡੀ ਹੋਈ ਹੈ ਵੀ ਜੋ ਵੀ ਰੱਬ ਕਰਦਾ ਸਾਡੇ ਚੰਗੇ ਲਈ ਹੋਇਆ ਜੀ। ਤੁਹਾਨੂੰ ਕੀ ਲੱਗਦਾ ਹੈਗਾ ਹੈ ਕਿ ਕੇਂਦਰ ਸਰਕਾਰ ਜਿਹੜੀ ਹੈਗੀ ਕੋਈ ਵੀ ਕਾਨੂੰਨ ਬਣਾਉਂਦੀ ਹੈਗੀ ਤੁਹਾਨੂੰ ਕਿਸ ਤਰੀਕੇ ਨਾਲ ਸੋਚਣਾ ਚਾਹੀਦਾ ਆ? ਉਹਨੂੰ ਪਹਿਲਾਂ ਤਾਂ ਦੇਖੋ ਜਿਵੇਂ ਹੁਣ ਮੰਨ ਲਓ ਕਿਸਾਨਾਂ ਦੇ ਬਾਰੇ ਨੂੰ ਉਹਨੇ ਕਾਨੂੰਨ ਬਣਾਏ ਨੇ, ਤਾਂ ਉਹਨਾਂ ਨੂੰ ਪਹਿਲਾਂ ਇਹ ਚਾਹੀਦਾ ਸੀਗਾ ਵੀ ਜਿੰਨੀਆਂ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ, ਵੀ ਉਹਨਾਂ ਨੂੰ ਬਿਠਾ ਕੇ ਇੱਕ ਰਾਏ ਲੈਂਦੇ, ਤਾਂ ਫਿਰ ਉਹ ਦੇਖਦੇ ਵੀ ਇਹਨਾਂ ਦੇ ਵਿੱਚ ਕਿਹੜੇ ਕਾਨੂੰਨ ਆਪਾਂ ਪਾਸ ਕਰ ਸਕਦੇ ਹਾਂ ਅਤੇ ਜਿਨ੍ਹਾਂ ਦਾ ਫਾਇਦਾ ਲੋਕਾਂ ਨੂੰ ਵੀ ਹੋਵੇ ਅਤੇ ਕਿਸਾਨਾਂ ਨੂੰ ਵੀ ਹੋਵੇ, ਅਜਿਹੇ ਕਾਨੂੰਨ ਲਾਗੂ ਕਰ ਹੋਣੇ ਚਾਹੀਦੇ ਨੇ। ਸੋ ਉਹਨਾਂ ਕਾਨੂੰਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਵੀ ਜਿਹਦੇ ਨਾਲ ਸਾਡੇ ਲੋਕ ਸੜਕਾਂ 'ਤੇ ਆ ਜਾਣ ਜਾਂ ਧੱਕੇ ਖਾਣ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਧੰਨਵਾਦ ਜੀ ਜੀ। ਦਰਸ਼ਕੋ, ਇਹ ਸਨ ਗੁਰਜੀਤ ਸਿੰਘ ਹੋਰੀ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਹੈਗੇ। ਹੁਣ ਮੈਨੂੰ ਦਮਨਪ੍ਰੀਤ ਨੂੰ ਦਿਓ ਅੱਗੇ ਆ, ਧੰਨਵਾਦ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਦਰਸ਼ਕੋ, ਕੇਂਦਰ ਸਰਕਾਰ ਵੱਲੋਂ 3 ਕਾਨੂੰਨ ਬਣਾਏ ਗਏ ਸਨ ਅਤੇ ਫਿਰ ਕੇਂਦਰ ਸਰਕਾਰ ਨੇ 19 ਤਰੀਕ ਨੂੰ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਲਿਆ ਹੈ। ਇਸ ਬਾਰੇ ਅਸੀਂ ਚਰਚਾ ਕਰਾਂਗੇ ਗੁਰਜੀਤ ਸਿੰਘ ਹੋਰਾਂ ਦੇ ਨਾਲ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਜੀ। ਸਭ ਤੋਂ ਪਹਿਲਾਂ ਹੀ ਜਾਣਨਾ ਚਾਹਾਂਗੇ ਕਿ ਤੁਸੀਂ ਕਿਹੜਾ ਸਮਾਗਮ ਉਲੀਕਿਆ ਹੈਗਾ ਹੈ ਅਤੇ ਕਿਸ ਖੁਸ਼ੀ ਦੇ ਵਿੱਚ ਤੁਸੀਂ ਇਹ ਕਾਰਜ ਕਰਨ ਜਾ ਰਹੇ ਹੋ? ਅਸੀਂ ਕਿਸਾਨੀ ਸੰਘਰਸ਼ ਅੰਦੋਲਨ ਜਿੱਤਣ ਦੀ ਖੁਸ਼ੀ ਦੇ ਵਿੱਚ ਅਤੇ ਇਲਾਕੇ ਦੀ ਸੁੱਖ ਸ਼ਾਂਤੀ ਦੇ ਲਈ ਅਸੀਂ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਅਤੇ ਵਿਸ਼ਾਲ ਮਾਂ ਭਗਵਤੀ ਜਾਗਰਣ ਰੱਖਿਆ ਜੀ। ਜੀ, ਤੁਸੀਂ ਕਿਸਾਨਾਂ ਦੀ ਜਿੱਤ ਨੂੰ ਕਿਵੇਂ ਵੇਖਦੇ ਹੋ? ਦੇਖੋ ਜੀ, ਅਸੀਂ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਸੀਗੇ, ਜਦਕਿ ਅਸੀਂ ਕਿਸਾਨ ਨਹੀਂ ਸੀਗੇ, ਪਰ ਸਾਨੂੰ ਪਤਾ ਸੀਗਾ ਵੀ ਜੇ ਕਿਸਾਨੀ ਨਹੀਂ ਰਹੂਗੀ ਤਾਂ ਜਿਹੜੀ ਅਸੀਂ ਰੋਟੀ ਖਾਂਦੇ ਹਾਂ ਅਸੀਂ ਕਿਵੇਂ ਖਾਵਾਂਗੇ, ਅਤੇ ਘਰ ਦਾ ਰਾਸ਼ਨ ਹੈ ਜੇ ਹੁਣ ਉਹ ਮਹਿੰਗਾ ਹੋਈ ਜਾਊਗਾ। ਤੁਹਾਨੂੰ ਪਤਾ ਪਹਿਲਾਂ ਹੀ ਸਾਰੇ ਲੋਕ ਬੇਰੁਜ਼ਗਾਰ ਨੇ, ਨੌਕਰੀਆਂ ਤਾਂ ਪਹਿਲਾਂ ਹੀ ਨਹੀਂ ਹੈਗੀਆਂ। ਸੋ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਜਦੋਂ ਅਸੀਂ ਅੰਦੋਲਨ ਜਿੱਤ ਕੇ ਵਾਪਸ ਆਏ ਹਾਂ, ਆਪਣੇ ਘਰਾਂ ਨੂੰ ਵਾਪਸ ਆਏ ਹਾਂ ਜੀ। ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚ ਵੀ ਸ਼ਿਰਕਤ ਕੀਤੀ ਸੀ ਅਤੇ ਉੱਥੇ ਤੁਹਾਡੇ ਬਹੁਤ ਸਾਰੇ ਅਨੁਭਵ ਰਹੇ ਹੋਣਗੇ, ਕਿਸੇ ਅਨੁਭਵ ਦੀ ਸਾਂਝ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਪਾਓ। ਨਹੀਂ, ਜਦੋਂ ਅਸੀਂ ਉੱਥੇ ਗਏ ਹਾਂ ਤਾਂ ਸਾਨੂੰ ਨਾ ਬਹੁਤ ਲੋਕਾਂ ਨੇ ਕਿਹਾ, ਕਹਿੰਦਾ ਕਿੱਥੇ ਤੁਹਾਡਾ ਦਿਮਾਗ ਖਰਾਬ ਹੋਇਆ ਵਾ, ਜਿਹੜੇ ਕਹਿ ਲਓ ਵੀ ਮੋਦੀ ਭਗਤ ਕਹਿ ਲਓ ਉਹਨਾਂ ਨੂੰ, ਅਤੇ ਕਹਿੰਦੇ ਵੀ ਮੋਦੀ ਤਾਂ ਬੜਾ ਢੀਠ ਹੈ ਵੀ ਉਹਨੇ ਮੰਨਣਾ ਨਹੀਂ ਹੈਗਾ, ਅਤੇ ਸਾਨੂੰ ਉਸ ਪਰਮਾਤਮਾ 'ਤੇ ਵਿਸ਼ਵਾਸ ਸੀਗਾ ਕਿ ਜੇ ਉਹਨੇ ਸਾਨੂੰ
ਜਿਸ ਰਸਤੇ ਤੇ ਤੋਰਿਆ ਸਾਨੂੰ ਉੱਥੇ ਜਿੱਤ ਤਾਂ ਹਾਸਲ ਹੋ ਗਈ। ਜੀ, ਜਦੋਂ ਇਹ ਪਤਾ ਲੱਗਾ ਕਿ 19 ਤਰੀਕ ਨੂੰ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਇਹ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਆ, ਤਾਂ ਪਹਿਲਾਂ ਅਹਿਸਾਸ ਤੁਹਾਡਾ ਕਿਹੋ ਜਿਹਾ ਸੀਗਾ? ਪਹਿਲਾਂ ਤਾਂ ਅੱਖਾਂ 'ਚੋਂ ਇੱਕ ਤਾਂ ਰੋਣਾ ਆ ਰਿਹਾ ਸੀਗਾ ਵੀ ਹੈ ਨਾ ਵੀ ਇੰਨੀ ਦੇਰ ਤੋਂ ਬੈਠੇ ਹੈ, ਅਤੇ ਦੁੱਖ ਇਸ ਗੱਲ ਦਾ ਹੋਇਆ ਵੀ ਜੇ ਇਹ ਗੱਲ ਉਹਨੇ ਮੰਨਣੀ ਸੀਗੀ ਤਾਂ ਉਹ ਪਹਿਲਾਂ ਹੀ ਮੰਨ ਲੈਂਦਾ ਨਾ। ਸਾਡੇ ਜਿਹੜੇ ਇੰਨੇ ਸ਼ਹੀਦ ਹੋਏ ਨੇ ਕਿਸਾਨ, ਸਾਡੇ ਵੀਰ ਵੀ ਹੋਏ ਨੇ, ਭੈਣਾਂ ਬਜ਼ੁਰਗ ਵੀ ਹੋਏ ਨੇ ਉਹਨਾਂ ਦੇ ਵਿੱਚ, ਅਤੇ ਸੜਕਾਂ 'ਤੇ ਜਿਹੜੇ ਬੈਠੇ ਰਹੇ ਸੀਗੇ, ਸਾਨੂੰ ਉਸ ਚੀਜ਼ ਦਾ ਬੜਾ ਦੁੱਖ ਸੀਗਾ। ਪਰ ਖੁਸ਼ੀ ਇਸ ਗੱਲ ਦੀ ਸੀਗੀ ਕਿ ਅੰਦੋਲਨ ਜਿੱਤ ਲਿਆ। ਜੀ, ਤੁਹਾਨੂੰ ਕੀ ਲੱਗਦਾ ਹੈਗਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਜੇ ਕੋਈ ਕਾਨੂੰਨ ਬਣਾਏਗੀ ਹੈ ਨਾ, ਅਤੇ ਉਹ 100 ਵਾਰੀ ਸੋਚੇਗੀ ਕਿ ਨਹੀਂ? ਉਹ 100 ਵਾਰੀ ਉਹਨੂੰ ਸੋਚਣ 'ਤੇ ਹੁਣ ਮਜਬੂਰ ਕਰਤਾ ਸਾਡੇ ਪੰਜਾਬੀਆਂ ਨੇ। ਆਹ ਹੁਣ ਤੁਸੀਂ ਦੇਖਿਆ ਹੀ ਹੈ ਵੀ ਮੋਦੀ ਦਾ ਕਿੰਨਾ ਵਧੀਆ ਸਵਾਗਤ ਕਰ ਰਹੇ ਹਾਂ ਪੰਜਾਬ ਵਾਲੇ। ਸੋ ਕੁਰਸੀਆਂ ਵਾਲੀਆਂ ਵੀਡੀਓ ਵੀ ਦੇਖ ਲਈਆਂ ਹੋਣਗੀਆਂ ਕਿ ਬੰਦੇ ਘੱਟ ਜਾ ਰਹੇ ਹਨ, ਕੁਰਸੀਆਂ ਜ਼ਿਆਦਾ ਜਾ ਰਹੀਆਂ ਨੇ ਰੈਲੀਆਂ 'ਤੇ ਉਹਨਾਂ 'ਤੇ। ਸੋ ਪਰ ਫਿਰ ਵੀ ਮੇਰੀ ਬੇਨਤੀ ਉਹ ਹੈ ਪ੍ਰਾਈਮ ਮਿਨਿਸਟਰ ਨੇ ਸਾਡੇ ਦੇਸ਼ ਦੇ ਕਿ ਅਜਿਹਾ ਕੋਈ ਵੀ ਕਾਨੂੰਨ ਨਾ ਲਿਆਓ ਜਿਹਦੇ ਨਾਲ ਸਾਡੇ ਲੋਕ ਸੜਕਾਂ 'ਤੇ ਆਉਣ ਜਾਂ ਉਹਨਾਂ ਨੂੰ ਦੁੱਖ ਸਹਿਣਾ ਪਵੇ ਕੋਈ ਵੀ। ਜੀ, ਜਿਵੇਂ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਕੇਂਦਰ ਸਰਕਾਰ ਜਿਹੜਾ ਕੋਈ ਵੀ ਕਾਨੂੰਨ ਬਣਾਉਣ ਤੋਂ ਪਹਿਲਾਂ ਕਈ ਵਾਰੀ ਉਹਨੂੰ ਸੋਚਣਾ ਪਏਗਾ, ਤੁਸੀਂ ਜਿਵੇਂ ਗੱਲ ਕੀਤੀ ਹੈਗੀ ਹੈ ਕਿ ਪੀਐਮ ਮੋਦੀ ਦੀਆਂ ਜਿਹੜੀ ਰੈਲੀ ਸੀ ਉਹਦੀਆਂ ਕੁਰਸੀਆਂ ਖਾਲੀ ਸੀਗੀਆਂ, ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈਗਾ? ਨਹੀਂ ਦੇਖੋ ਵੀ ਗੱਲ ਇਹ ਹੈ ਵੀ ਇੱਕ ਵਾਰੀ ਉਹਨੂੰ ਸਬਕ ਦੇਣਾ ਤਾਂ ਜ਼ਰੂਰੀ ਤਾ ਜੀ, ਤਾਂ ਜੋ ਉਹਨੂੰ ਪਤਾ ਲੱਗੇ ਵੀ ਲੋਕ ਹਲੇ ਵੀ ਬਹੁਤ ਨਿਰਾਸ਼ ਨੇ, ਤਾਂ ਜੋ ਜੇ ਆਪਾਂ ਇੱਦਾਂ ਨਾ ਕਰਦੇ ਹੋ ਸਕਦਾ ਵੀ ਉਹਨੇ ਸੋਚਣਾ ਵੀ ਚਲੋ ਠੀਕ ਹੈ ਮੈਂ ਰੱਦ ਕਰਤੇ, ਹੋਰ ਉਹਨੇ ਪਤਾ ਨਹੀਂ ਕਿਹੜੇ ਕਾਨੂੰਨ 'ਤੇ ਜਿਹੜੇ ਮਾਰੇ ਪਾ ਥੋਪ ਦੇਣੇ ਤੇ। ਸੋ ਮੈਨੂੰ ਲੱਗਦਾ ਵੀ ਜੋ ਵੀ ਹੋਇਆ ਵਾ ਵਧੀਆ ਹੀ ਹੋਇਆ, ਕਿਉਂਕਿ ਆਪਾਂ ਤਾਂ ਪਰਮਾਤਮਾ 'ਤੇ ਛੱਡੀ ਹੋਈ ਹੈ ਵੀ ਜੋ ਵੀ ਰੱਬ ਕਰਦਾ ਸਾਡੇ ਚੰਗੇ ਲਈ ਹੋਇਆ। ਜੀ, ਤੁਹਾਨੂੰ ਕੀ ਲੱਗਦਾ ਹੈਗਾ ਆ ਕਿ ਕੇਂਦਰ ਸਰਕਾਰ ਜਿਹੜੀ ਹੈਗੀ ਕੋਈ ਵੀ ਕਾਨੂੰਨ ਬਣਾਉਂਦੀ ਹੈਗੀ ਤਾਂ ਉਹਨੂੰ ਕਿਸ ਤਰੀਕੇ ਨਾਲ ਸੋਚਣਾ ਚਾਹੀਦਾ ਆ? ਉਹਨੂੰ ਪਹਿਲਾਂ ਤਾਂ ਦੇਖੋ ਜਿਵੇਂ ਹੁਣ ਮੰਨ ਲਓ ਕਿਸਾਨਾਂ ਦੇ ਬਾਰੇ ਨੂੰ ਉਹਨੇ ਕਾਨੂੰਨ ਬਣਾਏ ਨੇ, ਤਾਂ ਉਹਨਾਂ ਨੂੰ ਪਹਿਲਾਂ ਇਹ ਚਾਹੀਦਾ ਸੀਗਾ ਵੀ ਜਿੰਨੀਆਂ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ ਵੀ ਉਹਨਾਂ ਨੂੰ ਬਿਠਾ ਕੇ ਇੱਕ ਰਾਏ ਲੈਂਦੇ, ਤਾਂ ਫਿਰ ਉਹ ਦੇਖਦੇ ਵੀ ਇਹਨਾਂ ਦੇ ਵਿੱਚ ਕਿਹੜੇ ਕਾਨੂੰਨ ਆਪਾਂ ਪਾਸ ਕਰ ਸਕਦੇ ਹਾਂ ਅਤੇ ਜਿਨ੍ਹਾਂ ਦਾ ਫਾਇਦਾ ਲੋਕਾਂ ਨੂੰ ਵੀ ਹੋਵੇ ਅਤੇ ਕਿਸਾਨਾਂ ਨੂੰ ਵੀ ਹੋਵੇ, ਅਜਿਹੇ ਕਾਨੂੰਨ ਲਾਗੂ ਕਰ ਹੋਣੇ ਚਾਹੀਦੇ ਨੇ। ਸੋ ਉਹਨਾਂ ਕਾਨੂੰਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਵੀ ਜਿਹਦੇ ਨਾਲ ਸਾਡੇ ਲੋਕ ਸੜਕਾਂ 'ਤੇ ਆ ਜਾਣ ਜਾਂ ਧੱਕੇ ਖਾਣ। ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਧੰਨਵਾਦ ਜੀ। ਜੀ ਦਰਸ਼ਕੋ, ਇਹ ਸਨ ਗੁਰਜੀਤ ਸਿੰਘ ਹੋਰੀ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਹੈਗੇ। ਹੁਣ ਮੈਨੂੰ ਦਮਨਪ੍ਰੀਤ ਨੂੰ ਦਿਓ ਆ ਗਿਆ, ਧੰਨਵਾਦ।